कई मुल्क दा कोई सरदार टुरे अंदी रैयत करण सला में सला अपने किसे गम में जाहिर न कर जी मैं नौकरा जफर कहे मुल्क दा कोई सरदार टुरे आंदी रैयत करण सलामे ते उंदे टुरन ते बहु अफसोस करें दे ने ई शहर दे लोग तमामे अजी याद रे रात ले रोंदे क्यों वदे टुरिया बुढ़दी डीगेर चुप करके कायनात दा पाक इमामे किसे इंज नहीं आखिया दे लाण वाली कर अज दी रात कयाम जी बाबा जी मैं बिस्मिल्लाह जी हसन मैं नौकरा सोनी हाय कीती नहीं क्योंकि दामन वक्त बिल्कुल भी गुंजाइश नहीं अख जाने 1400 मील दी थकी सहन जाने मैं कमालपुर इंटरचेंज ते थोड़ी देर पहले लथा और उत्तों में डिठे रक्षियां ते साड़ियां मामा भेणा थियां छोटे छोटे बच्चे नाल रला के जिहड़े फैसलाबाद और मैं सांगले पढ़े उत्तों मैनू मेरे भाई हन ओह प्यादन शाह जी तुसीं चलो लेकिन असीं तुहाडे नाल नहीं आ सकदे साडे नाल परदेदार हन जितने मातमी अजादार हो और सड़िया मावा सड़िया भेणा सड़िया धियां पिरली अमर सजी बंदे धियां उत्थे लेवें जिथो निभदी ना होवे भेणा ते धियां ਤੁਹਾਡੇ ਚੋਂ ਕਈ ਐਸੇ ਜਵਾਨ ਹੁਸੈਨ ਜਿਨ੍ਹਾਂ ਦੇ ਨਾਲ ਬਹਿਣਾ ਆਈਆਂ ਹੋਈਆਂ ਹੁਸੈਨ ਕਈ ਐਸੇ ਹੁਸੈਨ ਜਿਨ੍ਹਾਂ ਨਾਲ ਧੀਆਂ ਆਈਆਂ ਹੋਈਆਂ ਹੁਸੈਨ ਜਿਤਨੇ ਮਾਤਮੀ ਅਦਾਦਾਰ ਹੋ ਜੁਮਲੇ ਤੇ ਹਾਏ ਜ਼ਰੂਰ ਕਰੇ ਮੈਨੂੰ ਰੱਬੇ ਕਾਬਾ ਦੀ ਕਸਮ ਹੈ ਮਾਮਲ ਮੁਕਸਨ ਤੇ ਪੁੱਛਦੀਆਂ ਵਧੀਆਂ ਹੁਸੈਨ ਇੱਥੇ ਸਾਡਾ ਭੇਰਾ ਕਿਸੇ ਡਿੱਠਾ ਹੋਵੇ ਵਾਹ ਜੀ ਨੌਕਰ ਹਾਂ ਜੀ ਜ਼ੈਨ ਮੈਂ ਨੌਕਰ ਹਾਂ ਦੀ ਮੈਂ ਹਰ ਅਦਾਦਾਰ ਦਾ ਨੌਕਰ ਦੀ ਮੈਂ ਹਰ ਅਜ਼ਾਦਾਰ ਦਾ ਜੀ ਹੱਥ ਨਾ ਬਣੇ ਜੀ ਦੀ ਮੈਂ ਬਿਸਮਿਲ੍ਲਾ ਕਰ ਔਰ ਇਹ ਹੁਸੈਨ ਬਾਦਸ਼ਾਹ ਦੀ ਤਿਆਰੀ ਅੱਲਾ ਮਜ਼ਮੂਨ ਤੇਰੀ ਹੈ ਤੋ ਸਦਕੇ ਕੈਸੇ ਇਹ ਤਿਆਰੀ ਅੱਲਾ ਮਜ਼ਮੂਨ ਇਤਨਾ ਵਸੀਹ ਹੈ ਕਿ ਜ਼ਾਕਿਰ ਇੱਕ 10-10 ਦਿਨ ਯਾਨੀ ਕਿ 10 ਮੁਹਰਮ ਤੱਕ ਤਿਆਰੀ ਪੜ੍ਹਦੇ ਹਨ ਹੁਸੈਨ ਦਾ ਟੁਰਨ ਸੌਖਾ ਨਹੀਂ ਦਾ ਮੁਹਰਮ ਇੱਕ ਦਿਨ 'ਚ ਪੜ੍ਹੀ ਸਕਦੀ ਹੈ 28 ਰਜਬ ਇੱਕ ਦਿਨ 'ਚ ਨਹੀਂ ਪੜ੍ਹੀ ਸਕਦੀ ਥੋੜ੍ਹਾ ਜਿਹਾ ਇੱਕ ਹਿੱਸਾ ਮੈਂ ਕੋਸ਼ਿਸ਼ ਕਰਦਾ ਤੁਹਾਡੇ ਅਜ਼ਾਨ ਤੱਕ ਪਹੁੰਚਾਵਾਂ ਬਾਕੀ ਕੁਮੀ ਸਾਹਿਬ ਪੜ੍ਹਦੇ ਸਨ ਜਿਤਨੇ ਅਜ਼ਾਦਾਰ ਮੇਰੇ ਆਕਾ ਨੇ ਸੱਦ ਮਾਰੇ ਅਬਾਸ ਕਾਗਜ਼ ਕਲਮ ਦਵਾਤ ਲੈ ਆਓ ਮੁਸਾਫਰਾਂ ਲਈ ਫਰਿਸ਼ਤ ਬਣਾਵਣੀ ਹੈ ਅਬਾਸ ਕਾਗਜ਼ ਕਲਮ ਦਵਾਤ ਚਾਹ ਕੇ ਲੈ ਆਣ ਮੇਰੇ ਆਕਾ ਨੇ ਪਹਿਲੀ ਸਤਰ 'ਤੇ ਲਿਖੇ ਨਸਰ ਮਿਨ ਅੱਲਾਹ ਵਫਤਿਉਨ ਕਰੀਬ ਸ਼ਬੀਰ ਹੱਥ ਰੱਖ ਕੇ ਦਿਨ ਮਿਟਾ ਦੇ ਅਕਬਰ ਦਾ ਬਾਬਾ ਕੀ ਲਿਖਾ ਰੋ ਕੇ ਦਿਨ ਲਿਖ ਕਾਲੂ ਇੰਨਾ ਲਿਲਾ ਵਾਹ ਕਾਲੂ ਇੰਨਾ ਲਿਲਾ ਹੇ ਵਾਹਿਨਾ ਹੀ ਲੈ ਰਾਜੂਨ ਗਾਜ਼ੀ ਪਹਿਰਾਂ ਤੇ ਹੱਥ ਲਾ ਕੇ ਦੇ ਅਕਬਰ ਦਾ ਬਾਬਾ ਹੈ ਤੇ ਮੌਤ ਅਲੀ ਹੈ ਤੇ ਜਿੱਦਾਂ ਨਾਨਾ ਮੁਹੰਮਦ ਬਾਬਾ ਅਲੀ ਜੰਗ ਤੇ ਵਹਿੰਦੇ ਹਨ ਉਹ ਲਿਖਦੇ ਹਨ ਨਸਰ ਮਿਨ ਅੱਲਾਹ ਵਫਤਿਉਨ ਕਰੀਬ ਤੁਸਾਂ ਆਖਿਆ ਲਿਖ ਕਾਲੂ ਇਨ ਲਿਲਾਹ ਵ ਇਨਾ ਇਲੈਹ ਰਾਜਿਊਨ ਉੱਚਾ ਵਹਿਣ ਕਰਕੇ ਆਦਿ ਨਰਵਾ ਉਹ ਜੰਗ ਤੇ ਵਹਿੰਦੇ ਹਨ ਮੈਂ ਕੁੱਸਣ ਪਿਆ ਵਹਿਨਾ ਵਾਹ ਭਾਈ ਵਾਹ ਤੁਹਾਡੀ ਹੈ ਤੂੰ ਚੱਚ ਮੁਲਾਜ਼ਮ ਨੌਕਰ ਆ ਮੈਂ ਕੁੱਸਣ ਪਿਆ ਵਹਿੰਦਾ ਅੱਬਾਸ ਫਰਿਸ਼ ਤਿਆਰ ਕਰੋ ਮੌਲਾ ਕੀ ਲਿਖਾਂ ਅੱਬਾਸ ਲਿਖ ਜ਼ੈਨਬ ਬਿੰਤੇ ਅਲੀ ਅਸੀਰਾਏ ਸ਼ਾਮ ਅੱਛਾ ਮੇਰੇ ਸਾਹਮਣੇ ਪੂਰੇ ਮੁਲਕ ਦਾ ਮਜਮਾ ਮੈਂ ਇੱਕ ਵਾਰੀ ਲਫ਼ਜ਼ ਵੱਧ ਆਦਾ ਬਈ ਅਜ਼ਰ ਸ਼ਬੀਰ ਮੌਲਾ ਕੀ ਆਖਿਆ ਲਿਖ ਜ਼ੈਨਬ ਬਿੰਤੇ ਅਲੀ
ਅਸੀਂ ਰਹੇ ਸ਼ਾਮ। ਗਾਜ਼ੀ ਪਹਿਰਾ ਤੇ ਹੱਥ ਲਾ ਕੇ ਆਦਾ, ਬਾਕੀ ਗੱਲਾਂ ਬਾਅਦ ਵਿੱਚ ਮੈਨੂੰ ਦੱਸ। ਜਿਲੇ ਜ਼ੈਨਬ ਕਹਿਦੋ ਸੀ ਮੈਂ ਜਿੰਦਾ ਸਾਂ, ਸੈਯਦਾ ਦਾ ਨਰਵਾ ਨਾ ਤੂੰ ਹੋਸੇ ਹਵਾ ਜੀ। ਮੈਂ ਨਾ ਕਰਮ ਨਵਰ ਹੱਥ ਨਾ ਬਣਿਆ ਯਾਰ, ਆਖਰੀ ਬੈਠਾ ਖਲੋਤਾ ਹਰ ਅਜ਼ਾਦਾਰ ਦਾ ਨਾ ਕਰਾ ਦੀ ਮੈਂ ਬਿਸਮਿਲਾ ਕਰ ਨਾ ਤੂੰ ਉਸ ਅਬਾਸ ਨਾ ਨਾ ਮੈਂ ਉਸ ਮੇਰੇ ਆਗਾ ਨੇ ਕਮ ਦੇ ਹੱਥਾਂ ਨਾਲ ਲਿਖੇ ਹੈ ਜ਼ੈਨਬ ਬਿੰਤੇ ਅਲੀ ਅਸੀਰਾ ਸ਼ਾਮ ਸ਼ਬੀਰਾ ਦਿਨ ਹੁਣ ਲਿਖ ਕਲਸੂਮ ਬਿੰਤੇ ਅਲੀ ਅਸੀਰਾ ਸ਼ਾਮ ਅਬਾਸ ਨੇ ਲਿਖੇ ਹੈ ਸ਼ਬੀਰਾ ਦਿਨ ਹੁਣ ਮੇਰੀ ਪਿਆਰੀ ਭੈਣ ਦਾ ਨਾਂ ਲਿਖ ਪੈਰਾਂ ਤੇ ਹੱਥ ਲਾ ਕੇ ਆਦਾ ਜ਼ੈਨਬ ਤੂੰ ਵੱਧ ਪਿਆਰੀ ਭੈਣ ਕਿਹੜੀ ਆਈ ਉੱਚ ਵੈਣ ਕਰਕੇ ਆਦਨ ਲਿਖ ਰੁਕਈਆ ਬਿੰਤੇ ਅਲੀ ਅਸੀਰਾ ਸ਼ਾ ਹਵਾ ਸਲਾਹ ਆਪਣੇ ਕਿਸੇ ਗਮ ਵਿੱਚ ਹੈ ਨਾ ਕਰ ਦੀ ਜ਼ਫਰ ਨੌਕਰ ਦੀ ਮੈਂ ਨੌਕਰ ਹਾਂ ਚਾਚਾ ਜੀ ਦੀ ਮੈਂ ਆਸਿਫ ਨੌਕਰ ਹਾਂ ਬੇ ਮੁਜ਼ੰਮਿਲ ਮੈਂ ਨੌਕਰ ਹਾਂ ਹੁਣ ਮੇਰੀ ਪਿਆਰੀ ਭੈਣ ਦਾ ਨਾਂ ਲਿਖ ਕੀ ਲਿਖਾਂ ਲਿਖ ਰੁਕਈਆ ਬਿੰਤਿਲ ਹੁਸੈਨ ਬਿੰਤੇ ਅਲੀ ਅਸੀਰ ਸ਼ਾਮ ਗਾਜ਼ੀ ਪੈਰਾਂ ਤੇ ਹੱਥ ਲਾ ਕੇ ਦਾ ਅਕਬਰ ਦਾ ਬਾਬਾ ਜੇ ਆਖੀ ਤੱਪੇ ਲੈ ਦੂੰ ਇਹਨਾਂ ਮਿਟਾ ਨਾ ਛੋੜਾਂ ਗਾਜ਼ੀ ਆਦੇ ਕਰਬਲਾ ਜਾਣੇ ਮੈਂ ਜਾਣਾ ਸ਼ਾਮ ਜਾਣੇ ਮੇਰੀ ਭੈਣ ਹੋਏ ਹੋਏ ਮੇਰਾ ਅੱਲਾ ਹੋਏ ਮੇਰਾ ਅੱਲਾ ਇਹ ਮੇਰੀਆਂ ਮਾਵਾਂ ਭੈਣਾਂ ਅੱਧ ਰਾਤ ਲੈ ਸਹਿਣ ਨੂੰ ਮੂੰਹ ਕਾਣ ਦੇ ਵਿਣਾਈਆਂ ਔਰ ਮੈਂ ਇੱਕ ਗੱਲ ਕਰਾਂ ਮਦੀਨੇ ਵਾਲੇ ਪਾਸੇ ਮੂੰਹ ਕਰਕੇ ਮੈਂ ਤੁਹਾਡੀ ਤਰਫੋਂ ਮਦੀਨੇ ਵਾਲੇ ਪਾਸੇ ਮੂੰਹ ਕਰਕੇ ਗੱਲ ਕਰਨਾ ਚਾਹੁੰਦਾ ਅਕਬਰ ਦਾ ਬਾਬਾ ਇੱਕ ਵਾਰੀ ਰਜੋਇਆ ਅੱਜ ਇਹ 28 ਰਜਬ ਮਦੀਨੇ ਹੋਵੇਣਾ ਅਸੀਂ ਧੀਆਂ ਲੈ ਕੇ ਆ ਜਾਵੀ ਆ ਤੂੰ ਬੇ ਮੌਸਮਾ ਵਤਨ ਅਕਬਰ ਦਾ ਬਾਬਾ ਤੂੰ ਇੱਕ ਆਦਾ ਵੇ ਆ ਵੇਖ ਕਿਤਨੇ ਆਏ ਮੈਂ ਸਦਕੇ ਸ਼ਬੀਰ ਮੌਲਾ ਰੋਕ ਕੇ ਫਰਮਿੰਦਨ ਅੱਬਾਸ ਹੁਣ ਮੇਰੀਆਂ ਧੀਆਂ ਦੇ ਨਾਂ ਲਿਖ ਮੌਲਾ ਲਿਖਾਓ ਸ਼ਬੀਰ ਰੋਕ ਕੇ ਫਰਮਿੰਦਨ ਲਿਖ ਕੁਬਰਾ ਬਿੰਤਿਲ ਹੁਸੈਨ ਅਸੀਰ ਸ਼ਾਹ ਮੈਂ ਪਰਸੂ ਪੰਡੋਰੀਆਂ ਕਲਾਂ ਵਜ਼ੀਰਾਬਾਦ ਮਜਲਿਸ ਪੜ੍ਹੀ ਹੈ ਚਿੱਟੀ ਦਾੜੀ ਲੱਭਣ ਦਾ ਮਾਤਮ ਕਰਦਾ ਖਲੋ ਗਿਆ ਤੇ ਮੂੰਹ ਤੇ ਮਾਤਮ ਕਰਕੇ ਆਦਾ ਸੈਯਦ ਦੁਆ ਮੰਗ ਇਨਸ਼ਾਅੱਲਾ ਕਿਸੇ ਦੀ ਧੀ ਕੈਦ ਨਾ ਹੋਵੇ ਹਵਾ ਸਲਾਹ ਆਪਣੇ ਕਿਸੇ ਗਮ ਵਿੱਚ ਹੈ ਨਾ ਕਰੋ ਯਾਰ ਦੀ ਮੈਂ ਬਿਸਮਿਲਾ ਕਰਾਂ ਦੀ ਮੈਂ ਬਿਸਮਿਲਾ ਕਰਾਂ ਰੁਕਈਆ ਕੁਬਰਾ ਬਿੰਤਲ ਹੁਸੈਨ ਅਸੀਰ ਸ਼ਾਮ ਮੁਕੱਦਮੀਨ ਬਜ਼ੁਰਗ ਜ਼ਾਕਿਰ ਕੁਮੀ ਸਾਹਿਬ ਪੜ੍ਹਦੇ ਹੁੰਦੇ ਹਨ ਮੇਰੇ ਆਕਾ ਨੇ ਨਾ ਅੱਬਾਸ ਮੌਲਾ ਸਵਾਦ ਲਿਖਣ ਵਾਸਤੇ ਨਾ ਸੁਗਰਾ ਲਿਖਣ ਵਾਸਤੇ ਸਵਾਦ ਦਾ ਟੁੰਡਾ ਬਣਾਇਆ ਸ਼ਬੀਰ ਕੰਬਦੇ ਹੱਥ ਉੱਤੇ ਰੱਖੇ ਰੋ ਕੇ ਫਰਮਿੰਦਨ ਸਵਾਦ ਨਹੀਂ ਸੀਨ ਲਿਖ ਤੁਸਾਂ ਹੈ ਨਹੀਂ ਕੀਤੀ ਸਵਾਦ ਨਹੀਂ ਸੀਨ ਲਿਖ ਪੈਰਾਂ ਤੇ ਹੱਥ ਲਾ ਕੇ ਅਕਬਰ ਦਾ ਬਾਬਾ ਨਹੀਂ ਆਦਾ ਜੋ ਤੁਸੀਂ ਭੁੱਲ ਗਏ ਹੋ ਲੇਕਿਨ ਇੱਕ ਨਾ ਰਾਂਦਾ ਨਹੀਂ ਪਿਆ ਸ਼ਬੀ ਰੋ ਕੇ ਫਰਮਿੰਦਨ ਨਰਵਾ ਉਹ ਏ ਮੇਰੀ ਮਾਂ ਦੀਆਂ ਸ਼ਕਲਾਂ ਵਾਲੀ ਵਾਹ ਵਾਹ ਸਲਾਹ ਆਪਣੇ ਗਮ ਚ ਹਾਏ ਨਾ ਕਰੋ ਯਾਰ ਉਹ ਦਰਬਾਰੀ ਬਾਜ਼ਾਰੀ ਵੈਸੀ ਲੋਕ ਕੇਸਨ ਬਤੂਲ ਵੱਧ ਦਰਬਾਰ ਆ ਗਈ ਇਹ ਮੇਰੀਆਂ ਮਾਵਾਂ ਬਹਿਣਾ ਜਿਤਨੇ ਆਵਾਜ਼ ਬੁਲੰਦ ਨਾਲ ਹਾਇ ਕਰ ਸਕਦੀ ਹੋ ਇਤਨੇ ਹੀ ਬੁਲੰਦ ਹਾਇ ਕਰੋ ਉਰਵਾ ਵਗਫਾਰੀ ਸਰਕਾਰ ਦਾ ਨੌਕਰ ਬੁੱਢੜਾ ਸਾਹਬੀ ਜਿਤਨੇ ਮਾਤਮੀ ਆਵਾਜ਼ ਹੋ ਇਹੋ ਵਕਤ ਆਈ ਪੌਣੇ 12 ਬਲਕਿ ਪੂਰੇ 12 ਹੋ ਗਏ ਅੱਧ ਰਾਤ ਲੈ ਬੀਵੀ ਨੂੰ ਇਸ਼ਾਰਾ ਕਰਕੇ ਆਦਾ ਮਦੀਨੇ 'ਚ ਕਿਆਮਤ ਤਾਂ ਨਹੀਂ ਆਉਣ ਵਾਲੀ ਉੱਚ ਵੈਣ ਕਰਕੇ ਆ ਦੀਏ ਨਾ ਰੋਆ ਜ਼ੈਨਬ ਵਤਨ ਪੈ ਛੁੜੈਂਦੀ ਵਾਹ ਭਾਈ ਵਾਹ ਤੁਹਾਡੀ ਹੈ ਤੂੰ ਸਦਕੇ
सला अपने किसे गम में जाए न करो, झोलियां भर के वैसो मैं सदके थी पवा जितरे आजादार हो मेरा करो कफर मिनन सुगरा सड़े नाल नहीं मिलना। अब्बास मोलो ना कागज कलम चा के शबीर दी झोली च रखे ते इंज हाथ बंधन ते पैरां ते हाथ ला के दे अकबर दा बाबा मैं तेरा भी नौकर हाँ, तेरी औलाद दा भी नौकर हाँ, तेरे पुत्रां दा भी नौकर हाँ, तेरियां धीयां दा भी नौकर हाँ, लेकिन मौला मैं मिन्नत करदा ए तहरीर अगा लिखण वास्ते या अकबर नु बुला। वाह भाई वाह। या सजाद नु बुला। सैयद आदे तू क्यों नहीं लिखदा, उच्च वैण करके आदे मैं हुणे हवेली चुपी आंदा, तेरी 7 साल दी बुढ़ी धी निकी जई गछड़ी हां ना लाई वदी है ते आदि पई है मैं पई वेनिया अकबर दी जांज दे नाल। कर ले मातम तेरे मजहब च जायज यार। जी बाबा जी बाबा दी बाबा। तो मेरी मावा बहना दे हिस्से दे जुमले दी मैं नौकर हाँ बाबा, मैं नौकर हाँ दी, मैं नौकर हाँ, मैं पी वेंदी हाँ अकबर दी जय मैं। अच्छा वात आखा उच्च वैण कर क्या दिए, तेरी 7 साल दी बुढ़ी थी आसा दे सहारे निकी जी गटड़ी आ न ला के सहेलियां नु पिया दिए मैं पी वेंदी हाँ अकबर दी जंज दे नाल। असा परदेस च अकबर पर ना बना मैं चाचे गाजी नो। वाह भाई वाह। इत करबला पी बनती है यार। दी बाबा मैं हर आजादार थोड़ी हंज तू सदके मैं सदके ती पवा। हुण गाजी ना बार बार मिन्नत पिया कर दे मौला ए चाली हवेली है ए लुगड़ी हवेली है मौला धी नू कलिया ना छोड़ मौलो बीमार है मौला मर वैसी उते अकबर दे सहारे वधी जींदी है मौला तेरी धी मर वैसी। बार बार अब्बास मौला यो गल पे कर दे शबीर अब्बास मौला दी कड़ ते दो निके निके हाथ आए ते उच्च वैण करके आ रही है मेरे प्यू दे सफर दा जुग चाचा तहरीर दा रुख बदला नहीं। अकबर दी भेण आ रही है मैं नहीं वेंदी मैं राजी हाँ कै सजन ते कोई शिकवा नहीं। बीबी आ रही है तू लिख मेरे प्यो दियां दो धियां ओधी लगदी कुछ सुगरा। जी बाबा जी बाबा जी बाबा जी मैं नौकर हाँ हाथ नहीं मनवर हाथ ना जोड़ो यार। तू लिख मेरे प्यो दियां दो धियां ओधी लगदी कुछ सुगरा नहीं। उच्च वैण कर क्या दिए चाचा मैं नहीं वेंदी मैनू अकबर राखे इनी मामल वेच कोई जा। दी बाबा जी बाबा जी बाबा दी निवाज नौकर। अच्छा भाई जो ये लो सफर है ढेर शबीर सफर करना है बड़ा ज्यादा मेरा दिल चाहता मैं हिको वैन चकर दी मैं नौकर। अच्छा उच्चा वैन करके आ दी मेरे प्यू दे सफर दा जुग चार तहरीर दा रुख बदला नहीं। बीबी आ दी मैं नहीं वेंदी मैं राजी हाँ कह सजन ते कोई शिकवा नहीं। रो क्या दिए तू लिख मेरे प्यो दिया दो धिया ओधी लगदी कुछ। जी बाबा मैं नौकर हाँ हर आजादार दा नौकर। शबीर मौला ने तारीर मुकम्मल हुई एक द एक वेण सड़ मारने अब्बास मंज जरिए रसूल ते ऐलान कर रहा मोहम्मद दियां धियां नाने दा आखरी सलाम करन पईयां दी। अब्बास उन्हां नूं दस ए जरी तुहाडे कोल रसी मैं परदेसी जा रहा। अब्बास उन्हां दस मोहम्मद दियां धियां नाने दा आखरी सलाम करन पईयां दी। अली तहर शाह टुरिया अब्बास शबीर ने सद मारे गाजी एक बारी वापस आना। अब्बास मौला वापस आए ने इथू अब्बास दी दाढ़ी चुमी है ते शबीर रो के फरमेंदन अब्बास तू अब्बास है ते मैं गरीब हाँ
ਤੁਹਾਡੀ ਹੈ ਤੂੰ ਸਦਕੇ ਅਬਾਸ ਜੀਣਾ ਕਿਸੇ ਨੂੰ ਨਾ ਦੇਵੀ ਮੈਂ ਲਾਜ਼ੇ ਦਾ ਮਹਿਮਾਨ ਆ ਮਤਾ ਕੋਈ ਨਾਨੇ ਦਉਮਤੀ ਕੱਲ ਮੇਰੇ ਨਾਨੇ ਨੂੰ ਮੇਰੀ ਸ਼ਿਕਾਇਤ ਦੀ ਬਾਬਾ ਦੀ ਬਾਬਾ ਜੀ ਮੈਂ ਨੌਕਰਾਂ ਸੀ ਮੇਰਾ ਆਕਾ ਜਨਾਬ ਅਬਾਸ ਦਰਵਾਜ਼ੇ ਤੇ ਆ ਖਲੋਤੇ ਜ਼ਰੀਏ ਰਸੂਲ ਤੇ ਸਰਕਾਰ ਨੇ ਸਨ ਮਾਰਿਆ ਜ਼ਹਿਰ 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 ਦਰਵਾਜ਼ਾ ਲਾ ਅਸੀਂ ਲਾਜ਼ੇ ਦੇ ਮਹਿਮਾਨ ਆ ਮੇਰੀਆਂ ਸੈਣੀ ਮਾਮਲ ਤੇ ਤੱਕਦੀਆਂ ਪਈਆਂ ਅਸੀਂ ਮਦੀਨਾ ਚੜ ਕੇ ਜਾ ਰਹੇ ਹਾਂ ਜ਼ਰੀ ਤੁਹਾਡੇ ਕੋਲੇ ਰਜ ਰਜ ਕੇ ਜ਼ਰੀ ਦਾ ਸਲਾਮ ਕਰਿਆ ਮੇਰਾ ਸਰਦਾਰ ਤੁਹਾਡਾ ਮਦੀਨਾ ਛੱਡ ਕੇ ਤੁਹਾਡਾ ਮਦੀਨਾ ਛੱਡ ਕੇ ਤੁਹਾਡਾ ਮਦੀਨਾ ਛੱਡ ਕੇ ਤੁਹਾਡਾ ਮਦੀਨਾ ਛੱਡ ਕੇ ਤੁਸੀਂ ਨਹੀਂ ਸਮਝੇ ਅਬਾਸ ਬਾਰ ਬਾਰ ਪਿਆਦਾ ਹੈ ਤੁਹਾਡਾ ਮਦੀਨਾ ਛੱਡ ਕੇ ਕੋਈ ਤਾਂ ਹੋਵੇ ਜਿਹੜਾ ਉੱਠ ਕੇ ਆ ਕੇ ਸ਼ਾਹ ਜੀ ਇਹਨਾਂ ਦਾ ਨਹੀਂ ਇਹ ਤਾਂ ਹੁਸੈਨ ਦੇ ਨਾਨੇ ਦਾ ਹਾ ਵਾਹ ਬਈ ਵਾਹ ਤੁਹਾਡੀ ਹੈ ਤੁਸੀਂ ਅਬਾਸ ਸਦੇ ਜ਼ਹਿਰ ਦਰਵਾਜ਼ਾ ਲਾ ਮੁਹੰਮਦ ਦੀਆਂ ਧੀਆਂ ਥੱਕ ਪਈਆਂ ਕੋਈ ਜਵਾਬ ਨਹੀਂ ਆਇਆ ਇੱਕ ਦਾ ਇੱਕ ਮੇਣ ਅਬਾਸ ਨੇ ਕੌਸਰ ਲੈ ਜਾ ਬਦਲੇ ਅਬਾਸ ਮੌਲਦ ਦੇ ਚਿਹਰੇ ਤੇ ਜਲਾ ਲਏ ਸੈਯਦਾ ਦੇ ਜ਼ਹਿਰ ਦਰਵਾਜ਼ਾ ਲਾ ਮੈਂ ਅਬਾਸ ਹਾਏ ਮੇਰਾ ਅੱਲਾ ਅੰਦਰੋਂ ਹੌਲੀ ਹੌਲੀ ਆਵਾਜ਼ ਆਏ ਕਿਉਂ ਹੋਇਆ ਤੂੰ ਅਬਾਸ ਮੈਂ ਵੀ ਹੁਸੈਨ ਦੀ ਧੀ ਸੋਰਾ ਵਾਹ ਭਾਈ ਵਾਹ ਗਾਜ਼ੀ ਦੀ ਪੇਸ਼ਾਨੀ ਦੀਵਾਰ ਨਾ ਲੱਗੀ ਏ ਸ਼ਬੀਰਾ ਦੇ ਰੋਂਦਾ ਕਿਉਂ ਏ ਆਦੇ ਕਿਵੇਂ ਨਾ ਰੋਵਾ ਅੰਦਰ ਤੇਰੀ ਧੀਆ ਮੈਂ ਜੀਣਾ ਕਦੇ ਬੈਠ ਸਰ ਤੇ ਕਰ ਲੈ ਮਾਤਮ ਯਾਰ ਤੇਰੇ ਮਜ਼ਹਬ ਵਿੱਚ ਮਾਤਮ ਜਾਇਜ਼ ਏ ਅਲਮਾਨ ਅੰਦਰ ਤੇਰੀ ਧੀ ਆਈ ਮੈਂ ਜੀਣਾ ਕਦੇ ਵਿੱਚ ਸੈਯਦਾ ਦੇ ਹੱਥ ਜਾ ਮੈਂ ਜਾਣਾ ਤੇ ਮੇਰੀ ਧੀ ਜਾਣੇ ਸੈਯਦਾ ਦੇ ਸੂਰਾ ਧੀ ਹੌਲੇ ਹੌਲੇ ਆਵਾਜ਼ ਜੀਓ ਕੁਬਰਾ ਦਾ ਬਾਬਾ ਸਰ ਤੇਰਾ ਹੱਥ ਮੈਂ ਮੇਣ ਕਰਾਂ ਅਲਮਾਨ ਸੈਯਦਾ ਦੇ ਸੂਰਾ ਧੀ ਜੀਓ ਸਕੀਨਾ ਦਾ ਬਾਬਾ ਸੈਯਦਾ ਦੇ ਤੇਰਾ ਕੁਝ ਨਹੀਂ ਲੱਗਦਾ ਉੱਚਾ ਵੈਣ ਕਰਕੇ ਆ ਦੀਏ ਨਾ ਰੁਆ ਧੀਆਂ ਉਹਆ ਨੀ ਜਿਹੜੀਆਂ ਨਾਲ ਲਈ ਆਵਾਜ਼ ਆਉਂਦਾ ਮੈਂ ਕੱਲੀ ਰਹਿ ਗਈ ਆ ਦੀ ਬਾਬਾ ਦੀ ਬਾਬਾ ਦੀ ਬਾਬਾ ਜੀ ਨੌਕਰ ਹਾਂ ਅਲਮਾਨ ਹੌਸਲੇ ਨਾਲ ਬੀਬੀ ਆ ਰਹੀ ਹੈ ਬਾਬਾ ਚਾਰ ਸੱਜਣ ਮੇਰੀ ਕਬਰ ਤੇ ਨਾਮ ਇਹ ਪਿਓ ਤੇ ਧੀ ਦੀ ਹੁਜ ਦੀ ਬਾਤ ਹੈ ਅਗਰ ਕੋਈ ਇਤਰਾਜ਼ ਕਰਦਾ ਤੇ ਬੇਸ਼ੱਕ ਪਿਆ ਕਰੇ ਸੈਯਦਾ ਦੇ ਚਾਰ ਸੱਜਣ ਮੇਰੀ ਕਬਰ ਤੇ ਨਾਮ ਬਾਬਾ ਕਿਹੜਾ ਕਿਹੜਾ ਸੱਜਣ ਸ਼ਬੀਰਾ ਦੇ ਕਿਹੜਾ ਕਿਹੜਾ ਸੱਜਣ ਆਦੀਏ ਬਾਬਾ ਪਹਿਲਾ ਚਾਚਾ ਗਾਜ਼ੀ ਨਾ ਆਵੇ ਜਿਹਦੇ ਘਰ ਤੇ ਅਲਮਾਲੇ ਦਾ ਅਲਮ ਲੱਗੇ ਗਾਜ਼ੀ ਭਜ ਪੀਏ ਭਤਰੀ ਦੇ ਪੈਰਾਂ ਤੇ ਜਣਿਆ ਹੱਥ ਬਣ ਕੇ ਆਦੇ ਮੈਨੂੰ ਮਾਫ ਚਕਾਰਾ ਓ ਮੈਂ ਨਾ ਨਹੀਂ ਲਿਖਿਆ ਤੇਰੇ ਬਾਬੇ ਨਹੀਂ ਲਿਖਵਾਇਆ ਗਾਦੀਆ ਦਾ ਇੰਦਾ ਨਾ ਨਹੀਂ ਲਿਖਣਾ ਤਾਰੀ ਮਾਤਾ ਜੀ ਬਾਬਾ ਕੁਰਲਾ ਕਰੋ ਮਣਾਲਾ ਅਲਮਾਨ ਅਲਮਾਨ ਸੈਯਦਾ ਦੇ ਇਹੋ ਵਹਿਣ ਵਾ ਤਾਖਾ ਗਾਜ਼ੀ ਪੈਰਾ ਤੇ ਹੱਥ ਲਾ ਕੇ ਆਦਾ ਮੈਨੂੰ ਮਾਫ ਤਾ ਕਰਾ ਓ ਮੈਂ ਨਾ ਨਹੀਂ ਲਿਖਿਆ ਤੇਰੇ ਬਾਬੇ ਨਹੀਂ ਲਿਖਵਾਇਆ ਸ਼ਬੀਰਾ ਦਈ ਇੰਦਾ ਨਾ ਨਹੀਂ ਲਿਖਣਾ ਤਾਰੀਰ ਦੇ ਵਿੱਚ ਮੈਨੂੰ ਹੁਕਮ ਹੁਸੈਨ ਨਦਾਇਆ ਗਾਜ਼ੀ ਪੈਰਾ ਤੇ ਹੱਥ ਲਾ ਕੇ ਆਦਾ ਤੇਰਾ ਬਾਬਾ ਦਈ ਇੰਦੀ ਸ਼ਕਲ ਹੈ ਮਾੜੀ ਮਾ ਜ਼ਹਰਾ ਦੀ ਕਿਵੇਂ ਵੈਸੀਆ ਵਿੱਚ ਦੀ ਬਾਬਾ ਹੌਸਲੇ ਨਾਲ ਮੇਰਾ ਬੱਚਾ ਅਲਮਾਨ ਸੈਯਦਾ ਦੇ ਜੀ ਮੈਂ ਨੌਕਰ ਸੈਯਦਾ ਦੇ ਅਗਲਾ ਵੇਣ ਸੈਯਦਾ ਦੇ ਹੋਰ ਕੌਣ ਨਾ ਆਵੇ ਅੰਮਾ ਰਬਾਬ ਨਾ ਆਵੇ
सैयदा दे होर कौन आवे ओ चवेण कर क्या दे नली अकबर भिरा नावे हो मेरा घर है मैं बानिए मजलिसा हुसैन दी 7 साल दी बुढ़ी दी आजाद सहारे कमर सैयदा दे चार जो दसिया ने चौथा कौन आवे आदिए बाबा तू नावे रो क्या दिल मैं कोई नहीं बलड़ा आयो वताने होते हो नहीं वताने ते कबार बीबी ने प्यो दे गल च बाई पाई बीबी आदी है परदेसी बाबा अल्लाह रासी बाबा एक वारी महना दहाड़ी चुमा बीबी आदी है मैं यतीम होना मिठिया ते सोना एक वारी महना दहाड़ी ही चुमा वाह भाई वाह ए मैं तुहाडी मोहब्बत च पिया पढ़दा जितने आजादार सही बीबी उच्चा वैन कर के आ रही है बाबा परदेस च अकबर दी शादी करे सो बाबा मिन्नत कर दिया मैनू जरूर बुलावना है जदा आखे मैनू जरूर बुलावना है शब्बीर दी ठा निकलिए उच्चा वैन कर के आ देना ओए उठ बन रे कुसन ने थारियां ते नाले भजन ना घोड़े लाशा ते उठ बनरिया पैसे ना हाथ रो रो क्या दिन उठ बनरे खारियां ते नाले भजने ना घोड़े लाशा ते उठ बनरिया पैसे ना हाथ कड़ियां तो सगन दी तांगला ਡੀਡਾ ਵੀਡਾ ਢਲ ਪਵੇ ਉਦੋਂ ਸੁਰਖ ਅਧਾਰੀ ਚੱਲ ਪਵੇ ਤੋ ਸਮਝੇ ਅਕਬਰ ਮਰ ਗਿਆ ਪੱਲੋ ਬਣਾਉਣ ਦੀ ਤਾਂ ਗੱਲਾਂ Yeah.